ਸੂਬਾ ਪੈਦਲ ਪੀ ਐਸ ਸੇਖੋ ਸਾਹਿਬ, ਸੂਬਾ ਵਿਜਾਨ ਜੀ ਸਰਦਾਰ ਪਰਮਜੀਤ ਸਿੰਘ ਭਿੱਖੀ ਸਾਹਿਬ, ਡਿਪਟੀ ਜਨਰਲ ਸੈਕਟਰੀ ਇੰਦਰਜੀਤ ਢਿੱਲੋਂ ਸਾਹਿਬ, ਮੈਂਬਰ ਜੁਆਇੰਟ ਬੋਰਡ ਮਨਦੇਵ ਸਿੰਘ ਸੰਧੂ ਸਾਹਿਬ, ਸੀਨੀਅਰ ਮੀਟ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਦਸੂਹਾ ਸਾਹਿਬ, ਬਲਦੇਵ ਸਿੰਘ ਮੰਡਾਲੀ ਸਾਬਕਾ ਪ੍ਰਧਾਨ, ਰਜਿੰਦਰ ਸਿੰਘ ਚੌਣ ਪ੍ਰਧਾਨ, ਸਾਡੇ ਬਹੁਤ ਹੀ ਸਤਿਕਾਰਯੋਗ ਬਠਿੰਡਾ ਦਾ ਚੀਫ ਮਠਰਨ ਸਾਹਿਬ, ਐਸ ਸੀ ਕੰਸਲ ਸਾਹਿਬ, ਸਾਡੇ ਸਤਿਕਾਰਯੋਗ ਐਕਸੀਅਨ ਹਰਦੀਪ ਸਿੱਧੂ ਸਾਹਿਬ, ਐਕਸੀਅਨ ਰਾਮਪੁਰਾ, ਐਕਸੀਅਨ ਮਾਨ ਸਾਹਿਬ, ਸਾਹਮਣੇ ਬੈਠੇ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹੋਏ ਬੀਬੀ ਦੇ ਬੀਬੀ ਬੋਰਡ ਦੇ ਪਰਿਵਾਰਕ ਮੈਂਬਰ, ਸਟੇਟ ਦੇ ਬਰਾਜਣਾ, ਬਹੁਤ ਹੀ ਸਤਿਕਾਰਯੋਗ ਇਸ ਇਲਾਕੇ ਦੀ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ, ਬਹੁਤ ਹੀ ਸਤਿਕਾਰਯੋਗ ਰਾਮਪੁਰਾ ਪੁਲਿਸ ਦੇ ਐਸ ਡੀ ਸਾਹਿਬ, ਡੀ ਐਸ ਪੀ ਸਾਹਿਬ, ਸਾਡੇ ਸਾਰੇ ਐਸ ਐਚ ਓ ਸਾਹਿਬ, ਖਾਸ ਕਰਕੇ ਮੇਰੇ ਪ੍ਰੈਸ ਹੈਡਿੰਗ ਸਾਹਿਬਾਨ, ਸਾਰਿਆਂ ਨੂੰ ਬੜੇ ਆਦਰ ਤੇ ਸਤਿਕਾਰ ਫਤਿਹ ਵੀ ਕਰਨਾ ਹੈ। ਬਲਾਕ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਹੜੇ ਸ਼ਬਦਾਂ ਨਾਲ ਆਪਣੀ ਜਵਾਨ ਤੋਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਾਂ। ਤੁਸੀਂ ਪੰਜਾਬ ਦੇ ਕੋਨੇ ਕੋਨੇ ਚੋਂ ਆ ਕੇ ਰਾਮਪੁਰਾ ਪੁਰ ਜਿੱਥੇ ਦਾਸ ਇਸ ਇਲਾਕੇ ਦਾ ਸੇਵਾ ਕਰ ਰਿਹਾ, ਤੁਸੀਂ ਚੰਨ ਪਏ ਔਰ ਜਦੋਂ ਸੰਗਤ ਚੰਨ ਹੁੰਦੀ ਹੈ ਉਹ ਧਰਤੀ ਵੀ ਮਹਾਰਾਜ ਗੁਰੂ ਮਹਾਰਾਜ ਨੇ ਪਵਿੱਤਰ ਮੰਨੀ ਜਾਂਦੀ ਹੈ। ਸੋ ਤੁਸੀਂ ਸਾਡੇ ਇਲਾਕੇ ਚ ਆਏ ਹੈ, ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਨੂੰ ਬਹੁਤ ਬਹੁਤ ਵਧਾਈ ਜੀਆਂ ਹੁੰਦਾ। ਬੇਸ਼ੱਕ ਦੀ ਮੈਂ ਅੱਜ ਸ਼ੁਕਰਾਨਾ ਕਰਦਾ ਗੁਰੂ ਮਹਾਰਾਜ ਸਾਹਿਬ ਦਾ, ਧੰਨਵਾਦ ਕਰਦਾ ਮੈਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦਾ, ਜਿਹਨੇ ਬਹੁਤ ਨਵਾਣੇ ਦੇ